मालक सुख रखे तो जे ज्यादा गल है तो हूँ इस्तीफा दे दे तो आज भी इलेक्शन लड़ के वेख लवे मरना बबल तो मैं कुछ महीने ही रह गए पता लग ही जाना वा ਕਿਹੜਾ ਕਿਸ ਪਾ ਤੁਲਦੀ ਆ ਤੇ ਨਹੀਂ ਤੇ ਜੇ ਜਿਆਦੀ ਇਹ ਗੱਲ ਕਰਦਾ ਵਾ ਤੇ ਮੈਂ ਆਪਾਂ ਅਸਤੀਫਾ ਦੇ ਕੇ ਇਲੈਕਸ਼ਨ ਲੜ ਕੇ ਵੇਖ ਲੈਨੇ ਲੱਗ ਜਾਂਦਾ ਪਤਾ ਕੀ ਕਰੇ ਜਦੋਂ ਐਮਐਲਏ ਕਹਿੰਦਾ ਨਹੀਂ ਇੰਜ ਨਹੀਂ ਇੰਜ ਕਰਨਾ ਉਹਦੀ ਵੀ ਮਜਬੂਰੀ ਬਣ ਜਾਂਦੀ ਅਫਸਰਾਂ ਦੀ ਤੁਸੀਂ ਵੀ ਐਮਐਲਏ ਰਹੇ ਹੋ ਤੁਸੀਂ ਵੀ ਕਰਦੇ ਰਹੇ ਉਦਾਂ ਉੱਥੇ ਜਦੋਂ ਰਹਿ ਗਏ 20 ਮਿੰਟ ਇਹਨਾਂ ਦੇ ਬੰਦਿਆਂ ਨੇ ਇੱਟੇ ਮਾਰਨੇ ਸ਼ੁਰੂ ਕਰਤੇ ਉਦੋਂ ਬਾਅਦ ਫਾਇਰਿੰਗ ਵੀ ਕੀਤੀ ਜੇ ਇਹ ਬਣਾਉਣ ਵਾਲੇ ਆ ਇਨੀ ਇਹਨਾਂ 'ਚ ਪਾਵਰ ਸੀ ਤੇ ਆਪਦੇ ਪਿਤਾ ਜੀ ਨੂੰ ਬਣਾਉਂਦੇ ਕਿੰਨੀ ਵਾਰੀ ਹਰੇ ਨੇ ਐਮਐਲਏ ਇਲੈਕਸ਼ਨ ਲੜਿਆ ਇੰਦਰਜੀਤ ਸਿੰਘ ਜੀਰਾ ਨੇ ਤੇ ਫਿਰ ਉਹਨਾਂ ਨੂੰ ਬਣਾਉਣ ਦੇ ਜੇ ਇੰਨਾ ਹੀ ਇਹਨਾਂ ਦਾ ਅਸਰ ਸੂਝ ਦੇਖਣ ਵਾਲਿਆਂ ਨੂੰ ਮੇਰੇ ਵੱਲੋਂ ਜਾਨ ਕੇ ਕਮਲਜੀਤ ਸਿੰਘ ਮਰਹਾਣਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੇਸ਼ ਵਿਦੇਸ਼ ਵਿੱਚ ਜਿੰਨੇ ਵੀ ਸਾਡੇ ਨਾਲ ਸਰੋਤੇ ਜੁੜੇ ਹੋਏ ਨੇ ਸਾਰਿਆਂ ਨੂੰ ਮੈਂ ਪਿਆਰ ਭਰੀ ਸਤਿ ਸ੍ਰੀ ਅਕਾਲ ਬੁਲਾਉਣਾ ਤੇ ਸਭ ਤੋਂ ਪਹਿਲਾਂ ਧੰਨਵਾਦ ਵੀ ਕਰਦਾ ਕਿ ਇੰਨਾ ਪਿਆਰ ਦੇ ਰਹੇ ਨੇ ਸਾਨੂੰ ਬਹੁਤ ਜ਼ਿਆਦਾ ਸ਼ੇਅਰ ਕਰਦੇ ਨੇ ਗਾਂ ਸਾਡੀਆਂ ਜਿਹੜੀਆਂ ਜੋ ਵੀ ਅਸੀਂ ਵੀਡੀਓਜ਼ ਜਾਂ ਖਬਰਾਂ ਦਿੰਦੇ ਹਾਂ ਉਹਨਾਂ ਨੂੰ ਗਾਂ ਲੋਕਾਂ ਤੱਕ ਪਹੁੰਚਾਇਆ ਜਾਂਦਾ ਤਾਂ ਕਿ ਜਿਹੜੀ ਜੀਰੇ ਹਲਕੇ ਦੀ ਆਵਾਜ਼ ਵਾ ਉਹ ਸਾਰੇ ਹਰ ਘਰ ਤੱਕ ਪਹੁੰਚ ਸਕੇ ਅਤੇ ਇੱਕ ਜਿਹੜਾ ਪੱਖ ਦਾ ਮੁੱਦਾ ਇਸ ਵਕਤ ਬਣਿਆ ਹੋਇਆ ਵਾ ਸਾਡੇ ਜੀਰੇ ਹਲਕੇ ਦੇ ਵਿਧਾਇਕ ਕੁਲਬੀਰ ਸਿੰਘ ਜੀਰਾ ਨੇ ਪਰਸੋਂ ਲਾਈਵ ਹੋ ਕੇ ਸਪੈਸ਼ਲੀ ਆਮ ਆਦਮੀ ਪਾਰਟੀ ਦੇ ਕੁਝ ਆਗੂਆਂ ਤੇ ਅਕਾਲੀ ਦਲ ਦੇ ਆਗੂਆਂ ਦੇ ਉੱਤੇ ਕਾਫੀ ਵੱਡੇ ਇਲਜ਼ਾਮ ਜਿਹੜੇ ਉਹਨਾਂ ਨੇ ਲਗਾਏ ਸਨ ਉਸ ਚੀਜ਼ ਨੂੰ ਲੈ ਕੇ ਅੱਜ ਅਸੀਂ ਸਾਬਕਾ ਵਿਧਾਇਕ ਤੇ ਮੌਜੂਦਾ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਜੀਰਾ ਹਲਕਾ ਦੇ ਆਗੂ ਨਰੇਸ਼ ਕਟਾਰੀਆ ਜੀ ਦੇ ਕੋਲ ਪਹੁੰਚੇ ਹਾਂ ਉਹਨਾਂ ਦੇ ਉੱਤੇ ਕਾਫੀ ਇਲਜ਼ਾਮ ਲਾਏ ਸਨ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਕਟਾਰੀਆ ਸਾਹਿਬ ਜੀ ਸਭ ਤੋਂ ਪਹਿਲਾਂ ਤਾਂ ਸਵਾਗਤ ਕਰਦੇ ਹਾਂ ਅਤੇ ਨਾਲ ਹੀ ਇੱਕ ਸਵਾਲ ਮੇਰਾ ਸਭ ਤੋਂ ਪਹਿਲਾਂ ਤੁਹਾਨੂੰ ਇਹ ਆ ਕਿ ਜੀਰਾ ਸਾਹਿਬ ਲਾਈਵ ਹੋਏ ਸਨ ਉਹਨਾਂ ਨੇ ਕਾਫੀ ਇਲਜ਼ਾਮ ਲਾਏ ਸਭ ਤੋਂ ਵੱਡਾ ਇਲਜ਼ਾਮ ਤਾਂ ਸਭ ਤੋਂ ਪਹਿਲਾਂ ਤੁਹਾਡੇ ਉੱਤੇ ਇਹ ਲਗਾਇਆ ਕਿ ਤੁਸੀਂ ਐਮਐਲਏ ਰਹੇ ਹੋ ਉਹਨਾਂ ਦਾ ਕਹਿਣਾ ਸੀ ਕਿ ਐਮਐਲਏ ਤੁਹਾਨੂੰ ਮੈਂ ਬਣਾਇਆ ਕਿਵੇਂ ਦੇਖਦੇ ਹੋ ਇਹਨੂੰ ਸਭ ਤੋਂ ਪਹਿਲਾਂ ਤਾਂ ਮੈਂ ਤਪਦਾ ਸੱਚ ਦਾ ਅਤੇ ਕਮਲਜੀਤ ਸਿੰਘ ਮਰਾਣਾ ਜੀ ਦਾ ਧੰਨਵਾਦ ਕਰਦਾ ਉਸ ਤੋਂ ਬਾਅਦ ਜਿੰਨੇ ਵੀ ਸਾਡੇ ਦਰਸ਼ਕ ਵੀਰ ਵੇਖ ਰਹੇ ਨੇ ਸਾਰਿਆਂ ਨੂੰ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਸੀਂ ਮਰਾਣਾ ਸਾਹਿਬ ਸਵਾਲ ਕੀਤਾ ਵਾ ਵੀ ਇਹ ਕੁਲਬੀਰ ਸਿੰਘ ਜੀਰਾ ਕਹਿੰਦਾ ਵੀ ਮੈਂ ਇਹਨਾਂ ਨੂੰ ਬਣਾਇਆ ਇਹ ਤਾਂ ਉਹ ਪਰਮਾਤਮਾ ਜਾਣਦਾ ਵੀ ਇਹਨਾਂ ਨੇ ਬਣਾਇਆ ਕਿ ਮੈਂ ਅਸੀਂ ਲੋਕਾਂ ਦਾ ਜਿਹੜਾ ਪਿਆਰ ਸੀਗਾ ਲੋਕਾਂ ਨੇ ਬਹੁਤ ਮਾਣ ਸਤਿਕਾਰ ਦਿੱਤਾ ਇਹਨਾਂ ਨੂੰ ਵੀ ਦਿਸ ਗਿਆ ਵੀ ਗੱਲ ਤਾਂ ਬਣ ਗਈ ਆ ਲੋਕਾਂ ਦੇ ਵਿੱਚ ਬਹੁਤ ਪਿਆਰ ਆ ਕਿੰਨੇ ਦਿਨ ਹੋ ਗਏ ਸੀ ਇਲੈਕਸ਼ਨ ਚੱਲਦੇ ਨੂੰ ਜਦੋਂ ਇਹਨਾਂ ਨੂੰ ਦਿਸ ਗਿਆ ਵੀ ਸਾਨੂੰ ਤਾਂ ਕੋਈ ਸੱਦਦਾ ਹੀ ਨਹੀਂ ਗਾ ਇਹਨਾਂ ਨੇ ਇਹਨਾਂ ਦੇ ਪਿਤਾ ਜੀ ਨੇ ਸਰਦਾਰ ਇੰਦਰਜੀਤ ਸਿੰਘ ਜੀਰਾ ਨੇ ਮੈਨੂੰ ਰਾਤ ਨੂੰ ਕੋਈ 12:30-1 ਵਜੇ ਦੇ ਕਰੀਬ ਫੋਨ ਕੀਤਾ ਵੀ ਕਟਾਰੀਆ ਜੀ ਤੁਹਾਨੂੰ ਸਾਡੀ ਕੋਈ ਲੋੜ ਨਹੀਂ ਗੀ ਮੈਂ ਕਿਹਾ ਜੀ ਲੋੜ ਆ ਇਹ ਤੁਸੀਂ ਸਾਨੂੰ ਕਹਿੰਦੇ ਹੀ ਨਹੀਂ ਗਏ ਮੈਂ ਕਿਹਾ ਜੀ ਕੋਈ ਨਹੀਂ ਜੀ ਮੈਂ ਹੋਰ ਉੱਥੇ ਕੀ ਕਹਿੰਦਾ ਮੈਂ ਕਿਹਾ ਕਹਿਣਾ ਹੀ ਸੀਗਾ ਨਹੀਂ ਨਹੀਂ ਜੀ ਤੁਸੀਂ ਤੁਹਾਨੂੰ ਲੱਗਦਾ ਲੋੜ ਨਹੀਂ ਮੈਂ ਕੋਈ ਨਹੀਂ ਦੱਸ ਦਿੰਦੇ ਹਾਂ ਜੀ ਮੈਂ ਵਿਜੇ ਕਾਲੜਾ ਜੀ ਨਾਲ ਗੱਲ ਕੀਤੀ ਵਿਜੇ ਕਾਲੜਾ ਜੀ ਨਾਲ ਮੈਂ ਉਹਨਾਂ ਨੂੰ ਸਾਰਾ ਦੱਸਿਆ ਵੀ ਇਸ ਤਰ੍ਹਾਂ ਕਰਕੇ ਉਹਨਾਂ ਦਾ ਫੋਨ ਆਇਆ ਅਤੇ ਮੁੜ ਕੇ ਫਿਰ ਆ ਗਿਆ ਵੀ ਇਹ ਕਹਿੰਦੇ ਵੀ ਤੁਸੀਂ ਆਓਗੇ ਹੁਣ ਕਾਲੜਾ ਸਾਹਿਬ ਨੇ ਮੈਂ ਜੋ ਮੈਨੂੰ ਕਿਹਾ ਕਹਿੰਦੇ ਵੀ ਆਪਾਂ ਕੋਈ ਗੱਲ ਨਹੀਂ ਜੇ ਕਹਿਣਗੇ ਤਾਂ ਆਪਾਂ ਚਲੇ ਚੱਲਾਂਗੇ ਮੈਂ ਜਦੋਂ ਫਿਰ ਦੁਬਾਰਾ ਆਇਆ ਫੋਨ ਮੈਂ ਕਿਹਾ ਵੀ ਮੈਂ ਅਸੀਂ ਦੱਸੋ ਕੋਈ ਗੱਲ ਨਹੀਂ ਮਿਲ ਲੈਂਦੇ ਹਾਂ ਇਹ ਕਹਿੰਦੇ ਜੀ ਹੁਣੇ ਹੀ ਆਓ ਇਹਨਾਂ ਨੇ 2-4-5 ਇਲਾਕੇ ਦੇ ਮੋਹਤਵਾਰ ਬੰਦੇ ਸੱਦੇ ਹੋਏ ਸੀਗੇ ਅਤੇ ਅਸੀਂ ਦੋਵੇਂ ਜਾਣੇ ਚਲੇ ਗਏ ਰਾਤ ਨੂੰ ਜਦੋਂ ਗਏ ਤਾਂ ਇਹਨਾਂ ਨੇ ਉਹਨਾਂ ਸਾਹਮਣੇ ਇਹ ਹੀ ਸ਼ੋਅ ਕੀਤਾ ਵੀ ਇਹ ਆਪਣੇ ਆਪ ਆਏ ਨੇ ਜਦੋਂ ਕਿ ਮੈਂ ਉਸ ਮਾਲਕ ਨੂੰ ਹਾਜ਼ਰ ਨਾਜ਼ਰ ਹੋ ਕੇ ਕਹਿੰਦਾ ਵੀ ਇਹਨਾਂ ਦੇ ਆਪ ਫੋਨ ਕੀਤਾ ਮੈਨੂੰ ਅਤੇ ਅਸੀਂ ਗਏ ਹਾਂ ਚਲੋ ਗਏ ਚਲੇ ਗੱਲਬਾਤ ਕੀਤੀ ਅਸੀਂ ਤੁਹਾਡੀ ਮਦਦ ਕਰਨੀ ਆ ਜਦੋਂ ਕਿ ਮੈਂ ਤਾਂ ਇਹਨਾਂ ਨੂੰ ਕਿਹਾ ਹੀ ਨਹੀਂ ਮਦਦ ਵਾਸਤੇ ਕਿਉਂਕਿ ਇਹਨਾਂ ਨੂੰ ਵੀ ਦਿਸ ਗਿਆ ਵੀ ਬਾਜੀ ਤਾਂ ਲੈ ਗਿਆ ਇਹ ਅਤੇ ਤਾਂ ਹੀ ਇਹਨਾਂ ਨੇ ਸਾਨੂੰ ਸੱਦਿਆ ਅਤੇ ਇਹਨਾਂ ਨੇ ਸਾਡੀ ਇਹਨਾਂ ਦੀ ਤੁਹਾਨੂੰ ਵੀ ਪਤਾ ਵੀ ਇਹਨਾਂ ਦੇ ਮਨ ਵਿੱਚ ਕੀ ਸੀਗਾ ਵੀ ਜੇਕਰ ਹਰੀ ਸਿੰਘ ਜੀਰਾ ਹਰੂਗਾ ਤਾਂ ਸਾਡਾ ਤਾਂ ਹੀ ਨੰਬਰ ਲੱਗੂਗਾ ਇਸ ਕਰਕੇ ਇਹਨਾਂ ਨੇ ਇਹ ਲਫ਼ਜ਼ ਨਾ ਕਹੇ ਹੁਣ ਮੈਂ ਇਹ ਵੀ ਜਿੱਥੇ ਕਹੋ ਸਹੁੰ ਦੇਣ ਨੂੰ ਤਿਆਰ ਹਾਂ ਇਹ ਇੰਦਰਜੀਤ ਸਿੰਘ ਜੀਰਾ ਨੇ ਇਹ ਲਫ਼ਜ਼ ਕਹੇ ਅਸੀਂ ਤੇਰੀ ਮਦਦ ਨਹੀਂ ਕਰਨੀ ਅਸੀਂ ਹਰੀ ਸਿੰਘ ਜੀਰਾ ਦੀ ਮੁਖਾਲਫਤ ਕਰਨੀ ਆ ਇਹ ਲਫ਼ਜ਼ ਨਾ ਇਹਨਾਂ ਨੇ ਕਹੇ ਹੁਣ ਮੈਂ ਦੇਣਦਾਰ ਹਾਂ ਪਰ ਲੋਕਾਂ ਦੇ ਵਿੱਚ ਇੰਨਾ ਪਿਆਰ ਬਣਿਆ ਸੀ ਲੋਕਾਂ ਨੇ ਬਹੁਤ ਮਾਣ ਸਤਿਕਾਰ ਦਿੱਤਾ ਜਿਹਦਾ ਕਿ ਮੈਂ ਕਰਜ਼ਾ ਉਤਾਰ ਦੇ ਹੀ ਨਹੀਂ ਸਕਦਾ ਉਹਨਾਂ ਦਾ ਦੇਣ ਜੋ ਇਹਨਾਂ ਨੇ ਮੈਨੂੰ ਮਾਣ ਸਤਿਕਾਰ ਦਿੱਤਾ ਲੋਕਾਂ ਨੇ ਪਿਆਰ ਦਿੱਤਾ ਐਮਐਲਏ ਬਣਾਇਆ ਇਹ ਕੌਣ ਬਣਾਉਣ ਵਾਲੇ ਜੇ ਇਹ ਬਣਾਉਣ ਵਾਲੇ ਆ ਇੰਨੀ ਇਹਨਾਂ 'ਚ ਪਾਵਰ ਸੀ ਅਤੇ ਆਪਦੇ ਪਿਤਾ ਜੀ ਨੂੰ ਬਣਾਉਂਦੇ ਕਿੰਨੀ ਵਾਰੀ ਹਰੇ ਨੇ
एम एल ए इलैक्शन लड़िया इंदरजीत सिंह जीरा ने तो फिर उन्होंने बना दे जे इन्ना ही इन्हों का असर सूख सी इस करके कोई ये तो लोगों की देन लोगों का प्यार आ एक कटारी साहब एक होर उन्होंने जोड़ा मौजूदा जो चल रहा वा नगर कौंसल जीरा दुना हुई ने उन्होंने लैके स्पैशल लाइव हुई थी तो उन्होंने कहना है कि असी कोई गुंडागर्दी नहीं की जोड़े साढ़े उम्मीदवार वा वो बिना मुकाबले के जेतू हुए हैं तो जो झाड़ू वाले आडे तो स्पैशल इल्जाम लाए कि तुम कागज़ भरने नहीं आए तो ना असी कोई धक्केशाही की सच आ भाई जी ना तो मैं किसी नूं जबरदस्ती खड़े किया अज भी वह ज्योदे जागते आ तो वह दस देंगे मैं उन्हां दी बाली गल सारयां दे सद के तुहाडे सामने तुहानूं भी सद लांगा लाइव होके उन्हां नाल मूँह ते करा देंगा किसी नूं जबरदस्ती खड़ा किया होवे गल इस गल दी आ असी इन्हां ने जदों असी कागज़ भरन दा प्रोग्राम बनाया तो इन्हां ने काफ़ी पिंडां दे विच्चों कोई 3000 दे करीब बंदा इकट्ठा कर लिया जो जाते पासे आसे किस तरह के भी सी कोई चंगे भी सी माड़े भी सी सारे बंदे कट्ठे किए मैं तो यहोजी गल चाहता ही नहीं गा पहला तो ही मैं तो शांति चाहना मैं भी नहीं कोई लड़ाई झगड़ा होना करना चाहिए सानू तो इन्होंने जो बंदे सदे तो वो साढ़े सानू रिपोर्ट मिल गई भी इन्होंने उत्थे पत्थर भी मारने हैं ये गल मैं डीसी साहब न कह के आया सीगा वो कहते कोई गल नहीं जी तुसी घबराओ ना सारा कुछ इंतजाम किया मैं ठीक है फिर जो वेख्या अगले दिन असी तैयारी की इन्होंने फिर उही हाल लोग कारा पता नहीं इन्नी कि जनता बुला ली उत्थे जो इन्होंने कागज़ भर ले आ फिर दोबारा अगले दिन जनता बुलाने की किड्डी लोड़ सी असी वेख्या भी इन्होंने तैयारी की आ फिर असी गए एक दिन पहला गया मैं एक तरीक न फिर दो तरीक न असी जिला प्रधान नाल एम एल ए कुलबी अपने संधवा साहब फरीदकोट वाले कुलतार जी उस तो नाल संधोवा साहब तो साडे जिहड़े आम आदमी पार्टी की जिहड़ी जिले की टीम है सारी नाल होर काफ़ी जनता नाल सीगे डीसी साहब के दफ्तर असी उन्होंने मिले उत्थे ही एस एस पी साहब आ गए उत्थे ही ए डी सी साहब सीगे सारिया ने वह कहिंदे भी असी इस संबंध च मीटिंग करके हटे हाँ भी आ जिहड़ा उत्थे चल रहा काम उन्होंने सानू यकीन दवाया कोई गल नहीं तुसीं कागज़ भरो उत्थे कोई चिड़ी नहीं फड़कूगी तुसीं चिंता ना करो इन्नी फोर्स लाती आ असीं तैयारी कर ली आपदी अगले दिन भी कागज़ भरने आ उस तो बाद सुबह सानू एस एच ओ साहब डी एस पी साहब एस पी एच साहब इन्हां ने सद्या भी कहिंदे आ भी तुसीं बंदे इकट्ठे करी जांदे जे मैं कहा बंदे तां इस तरह मैं कैंडीडेट दे नाल दो दो चार चार बंदे आए होर तां असीं इकट्ठे कीते ही नहीं गए उन्हां दे नाल उन्होंने लैके आंदे नाल आपदे एक कवरिंग एक जमानती आ जो भी आ वो लैके आए आ कहिंदे तुसीं इंज ना करो बंदे ना इकट्ठे करो ते तुसीं सानू कैंडीडेट दे दिओ असीं कागज़ भरा के तुहाडे कोल छड्ड जांगे मैं कहा मैं नालदियां नाल गल कर लैना चलो नालदियां नूं मिलिया मैं उन्होंने कहा भी आपां कोई गल नहीं जे गरंटी दिंदे आ ते दे दिंदे उन्हां चिर नूं एम एल ए साहब भी आ गए ते दोवें तिन्ने एम एल ए आए साडे असीं आपदी जिहड़ी आम आदमी पार्टी दे जिन्ने भी आ अहुदेदार उत्थों दे जीरे दे वो भी इकट्ठे होए तो सारिया ने सलाह की भी चलो उन्हां नाल गलबात करते हैं वो साढ़े कोले वीडियो हैगियां वा जदों कि असीं वारी वारी ये गल कही अफसरां नूं भी ये असीं तुहानूं तुहाडे सपुरद करन लगे हाँ तो जिवें दित्ते उवें लैणे आ तो कागज़ भर के तुसीं सानूं फोन कर दे जे असीं लै जांगे अगों आण के तुसीं सानूं सानूं दस दिओ किहड़े पॉइंट ते छड्ड के जाओगे उन्होंने सानूं यकीन दवाया भी जिवें चले उवें ही लैके आवांगे कागज़ भी भरावांगे जदों वारी वारी कहन दे उत्ते असीं उन्हां दे यकीन करके उन्हां नूं बंदे देते उन्होंने ले जा के उत्थे बिठा दिते इन्हां ने आपदे बंदे ही अगे खड़े कीते होए सीगे 100-150 बंदा अगले पासे लाइन लवाती वो जदों 3 घंटे बीत गए कोई गलबात ना रह गए 15-20 मिनट तो इन्हां दे बंदियां ने इट्टे भन्ने ये गल मैं डी सी साहब नूं भी ए डी सी साहब नूं भी ये गल कह के आया एक दिन पहला भी उत्थे इट्टे भन भन के ट्राली भर के खड़ी की इन्होंने मारने हैं उन्होंने पर इस गल का पूरा यकीन दौते ही असी ये सारा फिर कागज़ भरने वास्ते बंदे भेजे उत्थे जदों रह गए 20 मिनट इन्हां दे बंदियां ने इट्टे मारने शुरू करते उदों बाद फायरिंग भी की उन्हां बंदियां ने चलो पिछा तो होना ही सीगा कईआं दे तिन्नां बंदियां दे वजे आ एक दी पग भी लत्थी आ एक किड्डी हरकत माड़ी आ एक गुंडागर्दी आ ये कहिंदे लोकतंत्र लोकतंत्र तां आ तुहाडे सामने सारी दुनिया नूं पता वा वी ये लोकतंत्र च रह के काम कर रहा भराओ सारी दुनिया जानती आ ये हुण जिहड़ी आ सफाई जी दिंदा पिया जी इन्हां नूं पंदे नहीं लभे जी ये नरेश कटारिया ने डेयरी दियां चाबियां फड़ातियां तो फिर कब्जा मेरा किवें हो गया जे मैं डेयरी दियां चाबियां मैं
तो वह मुड़ के फिर मेरा कब्जा किवें हो गया। सरकार तो उन्हां दी सी, कोई साडा कोई गल नहीं, चलो घरेलू साडा मसला सीगा किसी गल का, वह निबड़ गया। तो ना कोई चाबियां फड़ाइया मैं एक दिन भी, मेरे को सारिया वीडियो अज भी है, जदों की मैं इतने मेरे बंदे बैठे रहे। यहोजियां गल्ला करन वालियां नहीं है इन्हां वे इन। फिर आए ना लाता जी महिंदर जी की इलैक्शन की मुखालफत की, जिथे मर्जी अज भी चढ़े गुरद्वारे मैं चढ़दा, जिमें कि तसली आँदी मैं करूँ तैयार हाँ, सारा इलाका दसूगा भी ये मैं महिंदर जी की दिलों मदद की। इन्होंने बड़ी बारी लोगों सच्चे होने वास्ते एक जदों बंदा हर जाता ना कोई बहाना ला बंदा, वो बई जी धक्का हो गया सी, बई जी इंज गल हो गई सी, यहोजी जदों हरदा ना बंदा कोई ना कोई बहाना लभदा। हरता आप गए तो मेरे ते इल्जाम लाता जी इन्हें मुखालफत की। मैं कहना उस परमात्मा हाजिर नाजिर होकर कहना कोई बंदा साबित कर दे जो सज़ा कहोगे मैं भुगतूंगा। एक भी कोई कह दे भी नरेश कटारिए ने आण के मुखालफत की, हुण कोई लिया के खड़ा कर दे पर मैं सहुं ध्यान लैके ये गल करूँगा। ਕਟਾਰੀ ਸਾਹਿਬ ਮਿੱਤਰ ਲੋਕਾਂ ਚੋਂ ਤੁਹਾਡੇ ਖਿਲਾਫ਼ ਕਾਫ਼ੀ ਭੱਦੀ ਸ਼ਬਦਾਵਲੀ ਵਰਤੀ ਗਈ ਹੈ ਜਿਗਰਾ ਸਾਹਿਬ ਵੱਲੋਂ, ਅਤੇ ਕਿਵੇਂ ਦੇਖਦੇ ਹੋ ਤੁਸੀਂ ਉਹਨੂੰ? ਬਾਈ ਜੀ ਮੈਂ ਕੀ ਕਹਿਣਾ ਵਾ, ਮੈਂ ਜ਼ਿੰਦਗੀ 'ਚ ਕਿਸੇ ਦਾ ਨਾਮ ਮਾੜਾ ਅੱਜ ਤੱਕ ਸੋਚਿਆ ਨਾ ਕੀਤਾ। ਇਹ ਜੋ ਮਰਜ਼ੀ ਬੋਲੀ ਜਾਵੇ, ਆਹ ਰਹਿ ਗਏ ਆ ਮੇਰੇ ਖਾ 10-11 ਮਹੀਨੇ ਕਿ ਪੰਜਾਬੀ 'ਚ ਕਹਿੰਦੇ ਨਾ ਘੋੜਾ ਦਿਆ ਘੋੜੇ ਦਾ ਮੈਦਾਨ ਤਾਂ ਲੱਗ ਜੂ ਪਤਾ ਕੀ ਹੋਣਾ ਵਾ। ਇਹ ਬੰਦੇ ਨੇ ਹੋਰ ਰਾਜਾ ਵੜਿੰਗ ਨੇ ਕਿਹਾ ਸੀ ਕਿ ਜੀਰੇ ਦਾ ਮੈਨੂੰ ਫੋਨ ਆਇਆ, ਕੁਲਬੀਰ ਜੀਰੇ ਦਾ, ਉਹ ਕਹਿੰਦਾ ਮੈਂ 5-7 ਹਜ਼ਾਰ ਬੰਦਾ ਜੋੜੀ ਬੈਠਾ ਵਾਂ, ਜੇ ਸੁਖਬੀਰ ਸਿੰਘ ਬਾਦਲ ਉੱਥੇ ਆਉਣਗੇ ਤਾਂ ਉਹਨਾਂ ਦੀ ਪੁੜੁੱਪੜੀ 'ਚ ਗੋਲੀ ਵੱਜੂਗੀ। ਉਸੇ ਗੱਲ ਨੂੰ ਡਿਫਾਈਨ ਕਰਦਿਆਂ ਹੋਇਆਂ ਇਹਨਾਂ ਨੇ ਕਿਹਾ ਵਾ ਜੀਰਾ ਸਾਹਿਬ ਨੇ ਕਿ ਰਾਜਾ ਵੜਿੰਗ ਨੇ ਤਾਂ ਥੋੜ੍ਹੀ ਕਿਹਾ ਸੀ, ਮੈਂ ਉਸ ਤੋਂ ਵੀ ਵੱਧ ਕਰੂੰਗਾ। ਇਹਨੂੰ ਕਿਵੇਂ ਦੇਖਦੇ ਲੋਕਤੰਤਰ 'ਚ? ਬਾਈ ਜੀ ਇਹ ਲੋਕਤੰਤਰ ਵਾਲੀ ਗੱਲ ਆ, ਤੁਸੀਂ ਆਪ ਸਿਆਣੇ ਜੇ। ਪਹਿਲੀ ਤਾਂ ਗੱਲ ਆ ਵੀ ਮੈਂ ਅੱਜ ਤੱਕ ਕੋਈ ਸਾਰੇ ਇਲਾਕੇ ਨੂੰ ਪਤਾ, ਮੈਂ ਦੱਸਣ ਸਫਾਈ ਦੇਣ ਦੀ ਲੋੜ ਨਹੀਂ, ਸਾਰਾ ਇਲਾਕਾ ਜਾਣਦਾ ਵੀ ਮੈਂ ਤਾਂ ਇੱਥੇ ਅਮਨ ਸ਼ਾਂਤੀ ਬਣਾਉਣੀ ਚਾਹੁੰਦਾ। ਮੈਂ ਕੋਈ ਕਿਸੇ ਤੋਂ ਅੱਜ ਤੱਕ ਨਾ ਮੈਂ ਇੱਕ ਵੀ ਬੰਦਾ ਆਪਣੇ ਦਿਲ 'ਤੇ ਹੱਥ ਰੱਖ ਕੇ ਕਹੇ ਵੀ ਮੈਂ ਕਿਸੇ ਦਾ ਮਾੜਾ ਕੀਤਾ, ਮਾੜਾ ਸੋਚਿਆ। ਅਤੇ ਇਹ ਜਿਹੜੀਆਂ ਇਹ ਗੁੰਡਾਗਰਦੀ ਆ, ਤੁਸੀਂ ਇੱਥੋਂ ਸਿੱਧ ਕਰ ਲਓ ਵੀ ਇਹ ਕਿੰਨੇ ਹਜ਼ਾਰ ਬੰਦਾ ਕਦ ਲਈ ਇਕੱਠਾ ਕੀਤਾ ਸੀਗਾ? ਇਹ ਗੁੰਡਾਗਰਦੀ ਕਰਨ ਲਈ ਕੀਤਾ ਹੈ ਨਾ, ਉਸ ਬੰਦੇ ਦੀ ਆਪਦੀ ਵਲਡੰਗਾ, ਇਹਦੀ ਰਾਜੇ ਵੜਿੰਗ ਦੀ ਵੀ ਤੁਸੀਂ ਲਾ ਲਓ, ਇਹਦੀ ਵੀ ਇਹਨੇ ਆਪ ਕਿਹਾ ਵਾ। ਮੈਂ ਤਾਂ ਉਦੋਂ ਵੱਧ ਕਰਨੀ ਸੀ, ਇਹਦਾ ਮਤਲਬ ਇਹ ਗੁੰਡਾਗਰਦੀ ਕਰਨਾ ਚਾਹੁੰਦਾ। ਅਸੀਂ ਇਹ ਗੱਲ ਨਹੀਂ ਚਾਹੁੰਦੇ, ਅਸੀਂ ਲੋਕ ਅਮਨ ਸ਼ਾਂਤੀ ਚਾਹੁੰਦੇ ਹਾਂ। ਅਤੇ ਅਸੀਂ ਸਾਰੀ ਦੁਨੀਆ ਨੂੰ ਪਤਾ ਆ ਬਸ ਮਾਲਕ ਸੁੱਖ ਰੱਖੇ, ਅਤੇ ਜੇ ਜ਼ਿਆਦਾ ਗੱਲ ਹੈ ਤਾਂ ਹੁਣ ਅਸਤੀਫਾ ਦੇ ਦੇਵੇ ਅਤੇ ਆ ਜਾਵੇ ਇਲੈਕਸ਼ਨ ਲੜ ਕੇ ਵੇਖ ਲਵੇ ਮੇਰੇ ਨਾਲ। ਅੱਬਲ ਤਾਂ ਮੈਂ ਕੁਛ ਮਹੀਨੇ ਹੀ ਰਹਿ ਗਏ ਆ, ਪਤਾ ਲੱਗ ਹੀ ਜਾਣਾ ਵਾ ਕਿਹੜਾ ਕਿਸ ਭਾਅ ਤੁਲਦੀ ਆ। ਅਤੇ ਨਹੀਂ ਤਾਂ ਜੇ ਜ਼ਿਆਦਾ ਇਹ ਗੱਲ ਕਰਦਾ ਵਾ ਤਾਂ ਆਪਾਂ ਅਸਤੀਫਾ ਦੇ ਕੇ ਇਲੈਕਸ਼ਨ ਲੜ ਕੇ ਵੇਖ ਲੈਂਦੇ, ਲੱਗ ਜਾਂਦਾ ਪਤਾ ਵੀ ਕਿਹੜਾ ਜਿੱਦਾਂ ਕਿਹੜਾ ਹਾਰਦਾ। ਤੁਸੀਂ ਕਟਾਰੀਆ ਸਾਹਿਬ ਇਲਜ਼ਾਮ ਲਾਏ ਹੋ ਕਿ ਸਿਵਲ ਪ੍ਰਸ਼ਾਸਨ ਨੇ ਅਤੇ ਪੁਲਿਸ ਨੇ ਤੁਹਾਡੇ ਨਾਲ ਇਸ ਤਰ੍ਹਾਂ ਥੋੜ੍ਹਾ ਜਿਹਾ ਤੁਹਾਨੂੰ ਟਰੈਪ ਤੁਹਾਡੇ ਨਾਲ ਖੇਡਿਆ, ਪਰ ਜੀਰਾ ਸਾਹਿਬ ਵੱਲੋਂ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਦਾ ਧੰਨਵਾਦ ਕੀਤਾ ਗਿਆ, ਤੁਸੀਂ ਸਿਵਲ ਪ੍ਰਸ਼ਾਸਨ ਨੂੰ ਅਤੇ ਪੁਲਿਸ ਨੂੰ ਕਿਵੇਂ ਕਿਸ ਨਜ਼ਰ ਨਾਲ ਦੇਖਦੇ ਹੋ ਫਿਰ ਸਾਰੇ ਮਾਮਲੇ 'ਚ? ਬਾਈ ਜੀ ਪਤਾ ਕੀ ਆ, ਆਪਾਂ ਨੂੰ ਵੀ ਪਤਾ, ਸਾਰੀ ਦੁਨੀਆ ਨੂੰ ਪਤਾ ਵੀ MLA ਜਿਹੜਾ ਹੁੰਦਾ ਵਾ ਉਸੇ ਦੀ ਸਾਰੀ ਗੱਲਬਾਤ ਹੁੰਦੀ ਆ। ਪੁਲਿਸ ਪ੍ਰਸ਼ਾਸਨ ਕੀ ਕਰੇ, ਜਦੋਂ MLA ਕਹਿੰਦਾ ਨਹੀਂ ਇੰਜ ਨਹੀਂ ਇੰਜ ਕਰਨਾ, ਉਹਦੀ ਵੀ ਮਜਬੂਰੀ ਬਣ ਜਾਂਦੀ ਅਫਸਰਾਂ ਦੀ। ਤੁਸੀਂ ਵੀ MLA ਰਹੇ ਹੋ, ਤੁਸੀਂ ਵੀ ਕਰਦੇ ਰਹੇ ਇੱਦਾਂ? ਬਾਈ ਜੀ ਮੈਂ ਤਾਂ ਇਹ ਲੋਕ ਹੀ ਦੱਸਣਗੇ, ਇਹ ਆ ਗਿਆ ਇਲੈਕਸ਼ਨ ਉਦੋਂ ਆਪੇ ਪਤਾ ਲੱਗ ਜੂ। ਮੈਂ ਜੇ ਮੈਂ ਧੱਕਾ ਕਰਦਾ ਰਿਹਾ ਲੋਕਾਂ ਨਾਲ ਤਾਂ ਲੋਕ ਆਪੇ ਨਕਾਰ ਦੇਣਗੇ, ਅਤੇ ਮੈਂ ਤਾਂ ਨਾ ਕੀਤਾ ਤਾਂ ਨਾ ਮੈਂ ਕਰਨਾ। ਅਤੇ ਪਰ ਏਡੀ ਵੀ ਨਹੀਂ ਗੱਲ, ਜੇ ਕੋਈ ਠੀਕ ਹੈ ਮੈਂ ਭਲਾ ਬਾਂਸ ਹਾਂ ਸਾਰਿਆਂ ਨੂੰ ਪਤਾ, ਪਰ ਜੇ ਕੋਈ ਕਵੇ ਨਾ ਵੀ ਧੱਕੇ ਨਾਲ ਮੈਂ ਇੰਜ ਕਰ ਦੂੰਗਾ ਤਾਂ ਉਹਦੇ ਵਾਸਤੇ ਵੀ ਅਸੀਂ ਤਿਆਰ ਹਾਂ, ਕੋਈ ਐਡੀ ਨਹੀਂ ਗੱਲ ਘਰੇ ਬਹਿਣ ਵਾਲੇ ਨਹੀਂ ਗੇ। ਠੀਕ ਹੈ ਭਲੇ ਮਾਂਸ ਨਾ ਭਲਾ ਮਾਂਸ ਹਾਂ, ਪਰ ਜੇ ਤਾਂ ਕੋਈ ਜ਼ਿਆਦਾ ਵੰਗਾ ਰਹੂਗਾ ਤਾਂ ਫਿਰ ਐਡੀ ਵੀ ਕੋਈ ਗੱਲ ਨਹੀਂ, ਜਿੱਥੇ ਕਹੂਗਾ ਮੈਂ ਉਹਨੂੰ ਤਿਆਰ ਹਾਂ, ਜਦੋਂ ਮਰਜ਼ੀ ਕੋਈ ਦਿਨ ਬੰਨ ਲਵੇ ਤਾਂ ਵੇਖ ਲੇ ਤਮਾਸ਼ਾ। ਐਡੀ ਵੀ ਹੋਰ ਗੱਲ ਆ ਜੀ, ਤੁਹਾਡੇ ਆਮ ਆਦਮੀ ਪਾਰਟੀ ਦੇ ਜੀਰੇ ਹਲਕੇ 'ਚ ਕਾਫ਼ੀ ਜਿਹੜੇ ਨੇ ਉਹ ਕੈਂਡੀਡੇਟ ਦੇ ਜਿਹੜੇ ਉਮੀਦਵਾਰ ਨੇ ਹੈਗੇ ਨੇ, ਕਾਫ਼ੀ ਵੱਡੇ ਚਿਹਰੇ ਹੈਗੇ ਨੇ, 3-4 ਜਿਹੜੇ ਵੱਡੇ ਚਿਹਰੇ ਆ ਮੰਨੇ ਜਾਂਦੇ ਜੀਰੇ ਹਲਕੇ 'ਚ, ਪਰ ਉਹਨਾਂ ਨੇ ਸਿਰਫ ਤੁਹਾਡੇ ਉੱਤੇ ਟਾਰਗੇਟ ਕੀਤਾ, ਇਹ ਕਿਉਂ ਗੱਲ ਕਿ ਤੁਹਾਡੇ ਨੂੰ ਹੀ ਆਮ ਆਦਮੀ ਪਾਰਟੀ ਦੇ ਟਾਰਗੇਟ ਕਿਉਂ ਕੀਤਾ ਜਾਂਦਾ ਵਾਰ ਵਾਰ? ਇਹ ਤਾਂ ਮੈਂ ਨਹੀਂ ਕਹਿ ਸਕਦਾ ਵੀ ਇਹਦੇ ਬਾਰੇ, ਚਲੋ ਅਸੀਂ ਸਾਰੇ ਇਕੱਠੇ ਹਾਂ, ਸਾਡੇ ਸਤਿਕਾਰਯੋਗ ਨੇ ਚੰਦ ਸਿੰਘ ਗਿੱਲ ਜੀ, ਅਸੀਂ ਉਹਨਾਂ ਦਾ ਵੀ ਸਤਿਕਾਰ ਕਰਦੇ ਹਾਂ, ਪੁਰਾਣੇ ਨੇ ਸ਼ਮਿੰਦਰ ਖਿੰਡਾ ਜੀ, ਅਸੀਂ ਸਾਰੇ ਇਕੱਠੇ ਹਾਂ। ਇਹ ਸਾਨੂੰ ਉਹਨਾਂ ਨਾਲ ਪਾਟਣ ਵਾਸਤੇ ਇਹੋ ਜਿਹੀਆਂ ਗੱਲਾਂ ਕਰਦਾ ਜੀ, ਉਹ ਬੜੇ ਤਗੜੇ ਨੇ ਚਲੇ ਗਏ ਨੇ, ਮੈਨੂੰ ਪਤਾ ਵਾ, ਮੈਨੂੰ ਅਫਸਰਾਂ ਨੇ ਆਪ ਗਿਆ ਵੀ ਤੇਰੇ ਆਉਣ ਨਾਲ ਮਾਹੌਲ ਖਰਾਬ ਹੋਣਾ ਵਾ, ਨਾ ਤੁਸੀਂ ਇਸ ਤਰ੍ਹਾਂ ਨਾ ਕਰੋ, ਤੁਸੀਂ ਜਾਓਗੇ ਅਤੇ ਉਹ ਵੀ ਮੁੜ ਕੇ ਫਿਰ ਬੰਦਾ ਉੱਥੇ ਆ ਗੱਲ ਵਾਪਰ ਜਾਣੀ ਆ ਅਤੇ ਤੁਸੀਂ ਰਹਿੰਦੇ ਨਾ ਜਾਓ। ਅਤੇ ਮੈਂ ਤਾਂ ਕਿਸੇ ਨੂੰ ਵੀ ਨਹੀਂ ਕਿਹਾ ਵੀ ਤੂੰ ਜਾ ਭਾਈ,
चलो मैं ये सानू ने ना सिर्फ पाटन वास्ते यह शब्दावली वरती ने भी वो उत्थे गया जी धक्के जो तो मैं कहना हूँ मैं तुरै ही फिरदा मैं पिंड जाना ही हाँ मैं कहड़ा नाल फौज लैके जाना कल्ला ही हुंदा मैं जो मर्जी वेख लवे कोई गल नहीं यहोजी कोई ये तो जनता दसूगी। एक पंजाब दे विच किसान अंदोलन लैके काफ़ी वड्डा माहौल आ काफ़ी मौतां 200 दे लगभग उत्थे हो चुकी ने ते अजिहे समय दे विच फेसबुक ते लाइव होके MLA वल्लों वधाइयां देना इस चीज़ नूं किस नज़र नाल देखदे हो तुसीं? इस गल तों ही अंदाजा ला लो सब तो पहला तो इन्हें कुछ दिन पहला ये गल की भी मैं जड़ा ये ना गल मोदी सेंटर सरकार ने यह जड़ा इलैक्शन कराया बहुत माड़ी गल है कहिंदा ये पंजाब सरकार नहीं सी चाहुंदी पर सारे लोगों को पता वा इस गल का ये पंजाब सरकार दे वस की गल हुंदी है पंजाब सरकार लिख के दिंदी है तां ही इलैक्शन हुंदा कोई सेंटर सरकार का ये कोई लेना देना नहीं हुंदा पंजाब सरकार ने दिता लिख के तो उन्होंने इलैक्शन कराता इलैक्शन करा दिता उन्होंने सिक्योरिटी भी मंगनी है इन्हों तो सारा कुछ होया पर यहोजियां गल्लां मैं तो वाह जाता हाँ जो मैं चंगा नहीं समझता ये तो एक सच्चा होने वास्ते ना नाले चोर नाले चतर वो गल्लां वा भी आप ही मुड़ के पा देना जी उत्थे इंसाफ होया उत्थे जी कोई धक्का नहीं होया नाले आपां मल्लां वाले कह दिए धक्का नहीं होया आप ही गोलियां चला के तो आप ही उन्होंने परचे करा दते सारी दुनिया को पता सारिया ने वेख्या वो वीडियो भी वायरल हुई सी आप ही इन्होंने गोली चलाई उत्थे तो गोली चला के उदू बाद इन्होंने उन्होंने ही परचे करा दते तो ये गल्लां चंगियां नहीं हुंदियां ये सदा नहीं रहिंदियां हुंदियां सरकार कदे सदा नहीं रहिंदी सरकारां बदलदियां रहिंदियां वा आ टाइम आ गया वा तो लोगों ने आपे दस देना वा मैं बहुतियां गल्लां तां नहीं करनियां मैं तां लोगों का धन्नवाद करदा जिन्हां ने मैनूं प्यार दिता तो मैनूं हुण फिर आस आ 22 दे विच इलैक्शन आ गए एक साल रह गया साल तो भी घट रह गया तो पता लग जूगा किन्ना किन्ना क प्यार आ लोगों के विच किन्ना क लोग चाहुंदे आ सारियां गल्लां ਉਹ ਸਾਹਮਣੇ ਆ ਜਾਣੀਆਂ ਵਾ ਬਹੁਤ ਆਪਾਂ ਜਿੱਦੇ ਨਹੀਂ ਗਏ ਨੇਣਾ ਮੈਂ ਤਾਂ ਮਾੜਾ ਬੰਦਾ ਵਾਂ ਭਰਾਵਾ ਮੈਂ ਤਾਂ ਲੋਕਾਂ ਦੇ ਹੱਥ ਜੋੜਨ ਵਾਲਾ ਵਾਂ ਪਰ ਜੇ ਕੋਈ ਜ਼ਿਆਦਾ ਤੰਗ ਕਰੂਗਾ ਤਾਂ ਫਿਰ ਮੈਂ ਉਹ ਵੀ ਕੰਮ ਕਰਨ ਜਾਂਦਾ ਵਾਂ ਐਡੀ ਨਹੀਂ ਗੱਲ ਵੀ ਇਹਨਾਂ ਦੇ ਕੋਈ ਜ਼ਿਆਦਾ ਹੱਥ ਲੱਗੇ ਆ ਤਾਂ ਸਾਡੇ ਕੋਲ ਹੈ ਨਹੀਂਗੇ ਸਭ ਕੁਝ ਭਾਜੀ ਸਾਹਿਬ ਇੱਕ ਅਖੀਰ ਦੇ ਉੱਤੇ ਤੁਹਾਨੂੰ ਮੈਂ ਇੱਕ ਤਾਂ ਜਨਤਾ ਜਿਹੜੀ ਜੀਰੇ ਹਲਕੇ ਦੀ ਆ ਉਹਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੂਸਰੀ ਗੱਲ ਜੀਰਾ ਸਾਹਿਬ ਵੱਲੋਂ ਇਹ ਵੀ ਕਿਹਾ ਗਿਆ ਕਿ ਜਿਹੜੇ ਵਿਰੋਧੀ ਨੇ ਸਾਡੇ ਤੁਸੀਂ ਅਤੇ ਅਕਾਲੀ ਜਿਹੜੇ ਉਹ ਜਿਹੜਾ ਜੀਰੇ ਹਲਕੇ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਮਾਹੌਲ ਸ਼ਾਂਤਪੁਰ ਵੀ ਆ ਅਤੇ ਕੌਣ ਮਾਹੌਲ ਸ਼ਾਂਤ ਖਰਾਬ ਕਰਨਾ ਚਾਹੁੰਦਾ ਤੁਸੀਂ ਜਾਂ ਉਹ ਕਰਨਾ ਚਾਹੁੰਦੇ ਹੋ ਤੁਹਾਡੀ ਕੀ ਰਾਏ ਆ ਅਤੇ ਜਨਤਾ ਨੂੰ ਕੀ ਕਹਿਣਾ ਚਾਹੁੰਦੇ ਹੋ ਅਖੀਰ 'ਤੇ? ਮੈਂ ਤਾਂ ਬਿਲਕੁਲ ਨਹੀਂ ਬਾਈ ਜੀ ਮਾਹੌਲ ਕਰਨ ਵਾਲੇ ਪਾਸੇ ਖਰਾਬ ਮੈਂ ਤਾਂ ਕਹਿੰਦਾ ਵੀ ਸ਼ਾਂਤੀ ਨਾਲ ਕੰਮ ਹੋਣਾ ਚਾਹੀਦਾ ਕੋਈ ਵੀ ਆ ਇਹ ਸਾਡੀ ਕੁਰਸੀ ਦੀ ਲੜਾਈ ਅਸੀਂ ਕਿਹੜਾ ਕੋਈ ਜ਼ਮੀਨ ਵੰਡਣੀ ਆ ਇਹ ਤਾਂ ਇੱਕ ਆਪਦੇ ਵਿਚਾਰਾਂ ਦੀ ਲੜਾਈ ਆ ਅਸੀਂ ਨਾ ਕੋਈ ਰਾਜਨੀਤੀ ਕਰਨ ਆਏ ਹਾਂ ਸਾਡੇ ਤਾਂ ਕੇਜਰੀਵਾਲ ਸਾਹਿਬ ਦੀ ਇੱਕੋ ਗੱਲ ਆ ਉਹ ਕਹਿੰਦੇ ਆ ਵੀ ਅਸੀਂ ਰਾਜਨੀਤੀ ਕਰਨੀ ਨਹੀਂ ਰਾਜਨੀਤੀ ਬਦਲਣ ਆਏ ਹਾਂ ਅਸੀਂ ਰਾਜਨੀਤੀ ਬਦਲਣੀ ਆ ਵੀ ਇਹ ਜਿਹੜੀ ਰਾਜਨੀਤੀ 72 ਸਾਲਾਂ 'ਚ ਇੱਕੋ ਹੀ ਗੱਲ ਆ ਵਾਰੀ ਵਾਰੀ ਆਈ ਜਾਂਦੇ ਆ ਜੋ ਮਰਜ਼ੀ ਕਰੀ ਜਾਣ ਹਾਂ ਡਿਵੈਲਪਮੈਂਟ ਨਾਲੀਆਂ ਗਲੀਆਂ ਨਹੀਂ 4 ਸਾਲ ਤਾਂ ਸੁੱਤੇ ਰਹੇ 4 ਸਾਲ ਤਾਂ ਇੱਕੋ ਹੀ ਗੱਲ ਆਉਂਦੀ ਸੀ ਖਜ਼ਾਨਾ ਖਾਲੀ ਆ ਖਜ਼ਾਨਾ ਖਾਲੀ ਹੁਣ ਕਿਵੇਂ ਭਰ ਗਿਆ ਇੱਕਦਮ ਖਜ਼ਾਨਾ ਹੁਣ ਸਾਰੇ ਤੁਹਾਡੀਆਂ ਨਾਲੀਆਂ ਬਣਾਤੀਆਂ ਕਿਉਂਕਿ ਮਾਲ ਗੰਦਾ ਲਾਉਣਾ ਹੈ ਗੰਦੇ ਮਾਲ ਨਾਲ ਜੇ ਕਿਤੇ 4 ਸਾਲ ਪਹਿਲਾਂ ਲੱਗ ਜਾਂਦਾ ਤਾਂ ਉਹਨੂੰ ਟੁੱਟ ਜਾਣੀਆਂ ਸੀ ਸੜਕਾਂ ਅਤੇ ਹੁਣ ਗਲੀਆਂ ਦੇ ਨਾਲੀਆਂ ਬਣਾਈ ਜਾਂਦੇ ਆ ਸਾਰੀ ਦੁਨੀਆ ਨੂੰ ਪਤਾ ਵੀ ਪੈਸੇ ਖਾਣ ਵਾਸਤੇ ਇਹੋ ਜਿਹੇ ਧੰਦੇ ਕਰੀ ਜਾਂਦੇ ਆ ਜਿੰਨਾ ਕਮਿਸ਼ਨ ਇਹਨਾਂ ਨੂੰ ਜਾਂਦਾ ਉਹ ਮਾਲਕ ਨੂੰ ਪਤਾ ਜਾਂ ਇਹਨਾਂ ਨੂੰ ਪਤਾ ਦੁਨੀਆ ਸਭ ਜਾਣਦੀ ਆ ਦੁਨੀਆ ਨੂੰ ਵੀ ਪਤਾ ਵਾ ਅਤੇ ਮੈਂ ਇਹੀ ਲੋਕਾਂ ਨੂੰ ਕਹਿੰਦਾ ਸ਼ਾਂਤੀ ਬਣਾਈ ਰੱਖੋ ਅਸੀਂ ਕੋਈ ਝਗੜਾ ਨਹੀਂ ਕਰਨਾ ਅਸੀਂ ਮਾੜੇ ਹਾਂ ਅਸੀਂ ਪਿਆਰ ਨਾਲ ਲੋਕਾਂ ਦਾ ਮਨ ਜਿੱਤਣਾ ਵਾ ਅਸੀਂ ਤਾਂ ਇਹੀ ਗੱਲ ਸਾਰੇ ਇੱਕ ਬੰਦੇ ਨੂੰ ਕਹਿੰਦੇ ਹਾਂ ਵੀ ਲੜਾਈ ਵਾਲੇ ਪਾਸੇ ਕਦੇ ਅੱਜ ਤੱਕ ਲੜਾਈ ਦੇ ਵਿੱਚੋਂ ਕਿਸੇ ਨੇ ਕੁਛ ਖੱਟਿਆ ਦੋਵਾਂ ਤਰ੍ਹਾਂ ਪੈਸੇ ਲਾ ਕੇ ਬਹਿ ਜਾਂਦੀਆਂ ਕੀ ਅਖੀਰ ਕੀ ਹੁੰਦਾ ਜੱਜ ਸਾਹਿਬ ਵੀ ਇਹੀ ਕਹਿੰਦੇ ਆ ਵੀ ਨਹੀਂ ਵੀ ਤੁਹਾਨੂੰ ਮੌਕਾ ਦਿੱਤਾ ਵਾ 2 ਮਹੀਨਿਆਂ ਦਾ ਤੁਸੀਂ ਆਪਦੇ ਪਿੰਡ ਬਹਿ ਕੇ ਪੰਚਾਇਤ ਦੇ ਵਿੱਚ ਰਾਜੀਨਾਮਾ ਕਰੋ ਕੀ ਫਾਇਦਾ ਲੜਾਈ ਦੇ ਵਿੱਚੋਂ ਕਦੇ ਅੱਜ ਤੱਕ ਮੈਨੂੰ ਦਿਖਾ ਦਿਓ ਵੀ ਕਿਸੇ ਨੇ ਕੋਈ ਕਮਾਈ ਕੀਤੀ ਹੋਵੇ ਅਤੇ ਇਸ ਕਰਕੇ ਅਸੀਂ ਨਹੀਂ ਚਾਹੁੰਦੇ ਪਰ ਜੇ ਕੋਈ ਜ਼ਿਆਦਾ ਤੰਗ ਕਰੂਗਾ ਤਾਂ ਫਿਰ ਅਸੀਂ ਸਾਰੇ ਕੰਮ ਕਰਨ ਜਾਂਦੇ ਹਾਂ। ਧੰਨਵਾਦ ਜੀ। ਦਰਸ਼ਕੋ ਇਹ ਸਨ ਨਰੇਸ਼ ਕਟਾਰੀਆ ਜੀ, ਸਾਰੀ ਗੱਲਬਾਤ ਤੁਸੀਂ ਸੁਣੀ। ਅਸੀਂ ਆਸ ਕਰਦੇ ਹਾਂ ਕਿ ਤੁਹਾਨੂੰ ਗੱਲਬਾਤ ਚੰਗੀ ਲੱਗੀ ਹੋਵੇਗੀ, ਕਿਉਂਕਿ ਸਾਡਾ ਵੀ ਇਹ ਫਰਜ਼ ਬਣਦਾ ਸੀ ਕਿ ਜੇਕਰ ਵਿਧਾਇਕ ਜੀਰਾਂ ਨੇ ਕਿਸੇ ਦੇ ਉੱਤੇ ਸਵਾਲ ਖੜੇ ਕੀਤੇ ਨੇ ਤਾਂ ਉਸ ਬੰਦੇ ਨੂੰ ਤੁਹਾਡੀ ਕਚਹਿਰੀ ਦੇ ਵਿੱਚ ਲੈ ਕੇ ਆਈਏ। ਅਸੀਂ ਕਟਾਰੀਆ ਸਾਹਿਬ ਨੂੰ ਤੁਹਾਡੀ ਕਚਹਿਰੀ 'ਚ ਲੈ ਕੇ ਆਏ, ਤੁਹਾਨੂੰ ਇਹਨਾਂ ਦੀ ਗੱਲਬਾਤ ਕਿਸ ਤਰ੍ਹਾਂ ਦੀ ਲੱਗੀ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ, ਕਿਉਂਕਿ ਤੁਹਾਡੀ ਰਾਏ ਸਾਡੇ ਵਾਸਤੇ ਬਹੁਤ ਅਹਿਮ ਸਥਾਨ ਰੱਖਦੀ ਆ। ਜੇ ਕੋਈ ਤੁਹਾਡਾ ਸਵਾਲ ਹੈਗਾ ਇਹਨਾਂ ਦੇ ਲਈ ਤਾਂ ਉਹ ਵੀ ਤੁਸੀਂ ਸਵਾਲ ਵੀ ਕਰ ਸਕਦੇ ਹੋ, ਜਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੀ ਇੰਟਰਵਿਊ ਦੇ ਵਿੱਚ ਇਹਨਾਂ ਦੇ ਕੋਲ ਉਹ ਸਵਾਲ ਵੀ ਜਿਹੜੇ ਅਸੀਂ ਉਹ ਪੁੱਛ ਸਕੀਏ। ਤਪਦਾ ਸੱਜ ਨਿਊਜ਼ ਤੋਂ ਰਿਪੋਰਟਿੰਗ ਕਮਲਜੀਤ ਸਿੰਘ ਮਰਹਾਣਾ।